ਸਤਿ ਸ਼੍ਰੀ ਅਕਾਲ ਮੈਂ ਹਾਂ ਕਿਰਨ ਤੇ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਟੀਵੀ। ਬਾਬਾ ਖੇਤਰਪਾਲ ਧਾਮ ਬਿਰਲਾ ਰੋਡ ਤੇ ਬੀਤੀ ਰਾਤ ਇੱਕ ਵਿਅਕਤੀ ਨੇ ਧਾਮ ਚ ਪਏ ਗੋਲਕ ਦੇ ਤਾਲੇ ਤੋੜ ਕੇ ਨਕਦੀ ਚੋਰੀ ਕਰ ਲਈ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ। ਬਾਬਾ ਖੇਤਰਪਾਲ ਧਾਮ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਨੇ ਦੱਸਿਆ ਕਿ ਚੋਰੀ ਦੀ ਘਟਨਾ ਦਾ ਸਵੇਰੇ ਮੰਦਿਰ ਖੋਲਣ ਤੋਂ ਬਾਅਦ ਹੀ ਪਤਾ ਲੱਗਾ ਅਤੇ ਜਦ ਮੌਕੇ ਤੇ ਜਾ ਕੇ ਦੇਖਿਆ ਗਿਆ ਤਾਂ ਮੰਦਿਰ ਦੀ ਗੋਲਕ ਟੁੱਟੀ ਹੋਈ ਸੀ ਅਤੇ ਉਸ ਵਿੱਚੋਂ 15,000 ਤੋਂ 20,000 ਗਾਇਬ ਸੀ। ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਅਮਨ ਤੱਗੜ ਦੀ ਰਿਪੋਰਟ। ਸਵੇਰੇ ਇਸ ਵਾਰਦਾਤ ਦਾ ਹੀ ਸਾਨੂੰ 5:30-6 ਵਜੇ ਪਤਾ ਲੱਗਿਆ ਕਿ ਉਹ ਪੰਡਿਤ ਜੀ ਦਾ ਫੋਨ ਗਿਆ। ਅਸੀਂ ਦੇਖਿਆ ਜੀ ਗੋਲਕ ਟੁੱਟੀ ਪਈ ਸੀ ਔਰ ਲਗਭਗ 15,000 ਤੋਂ 20,000 ਦਾ ਨੁਕਸਾਨ ਹੋਇਆ ਔਰ ਇਹਦੇ ਵਿੱਚ ਦੇਖੀ ਤੋਂ ਇਸ ਤਰ੍ਹਾਂ ਉਹਨਾਂ ਨੇ ਆਦਿ ਚੋਰਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਕਿਉਂਕਿ ਸੀਸੀਟੀਵੀ ਵਿੱਚ ਸਾਰੀ ਆ ਗਈ ਹੈ, ਰਿਕਾਰਡਿੰਗ ਆ ਗਈ ਹੈ। ਅਸੀਂ ਸਰਕਾਰ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਕਿ ਇਹਨਾਂ ਚੋਰੀ ਦਾ ਜਲਦੀ ਤੋਂ ਜਲਦੀ ਪਤਾ ਕੀਤਾ ਜਾਵੇ ਅਤੇ ਆਹ ਬਿਰਲਾ ਰੋਡ ਤਾਂ ਬਹੁਤ ਸੁਰੱਖਿਅਤ ਹੈ, ਅਨਸੁਰੱਖਿਅਤ ਹੋ ਗਈ ਹੈ। ਜਿਹੜੀ ਸੀਸੀ ਫੁਟੇਜ ਆ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ, ਸੁਣਵਾਈ ਅੱਜ ਅੱਗੇ ਪੁਲਿਸ ਦੀ ਬੰਦੀ ਕਾਰਵਾਈ ਹੈ ਮੰਗ ਅਸੀਂ ਕਰਦੇ ਹੋ ਜਾਂਦੀ। ਬਿਰਲਾ ਰੋਡ 'ਤੇ ਜੀ ਅਸਮਾਜਿਕ ਤੱਤਵ ਨਸ਼ੇੜੀ ਬੁਰਾ ਹਾਲ ਹੈ ਜੀ। ਕੋਈ ਪਹਿਲਾਂ ਵੀ ਘਟਨਾ ਹੋਈ ਹੈ ਚੋਰੀ ਦੀ ਮੰਦਰ 'ਚ? ਪਹਿਲਾਂ ਵੀ ਘਟਨਾ ਹੋਈ ਹੈ ਕਿਉਂਕਿ ਜੀ ਹੁਣ ਮੰਦਰ ਗੁਰਦੁਆਰਿਆਂ ਦਾ ਬੁਰਾ ਹਾਲ ਹੋ ਜਾਂਦਾ ਜੀ, ਆਮ ਪਬਲਿਕ ਤਾਂ ਪਹਿਲਾਂ ਹੀ ਪਰੇਸ਼ਾਨ ਹੈਗੀ ਆ। ਬੇਨਤੀ ਕਰ ਸਕਦੇ ਹਾਂ ਕੁਛ ਕਰੋ।